ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਇੱਕ ਬਹੁਤ ਹੀ ਘੈਂਟ ਵੀਡੀਓ, ਅਤੇ ਜਿਹੜਾ ਭੈਣਾਂ ਦੇ ਕਾਫੀ ਸੀਗੇ ਹੈ ਨਾ, ਮੈਨੂੰ ਕਮੈਂਟ ਆ ਰਹੇ ਸੀ ਤੁਸੀਂ ਸਲਵਾਰਾਂ ਮਗਰ ਪੈ ਚੁੱਕੇ ਹੋ। ਅੱਜ ਵੀ ਮੈਂ ਸਲਵਾਰ ਦੀ ਵੀਡੀਓ ਹੀ ਲੈ ਕੇ ਆਈ ਹਾਂ। ਅੱਜ ਮੈਂ ਲੈ ਕੇ ਆਈ ਹਾਂ ਅਫਗਾਨੀ ਸਲਵਾਰ ਦੀ ਵੀਡੀਓ। ਜਿਹੜੀ ਪ੍ਰੋਬਲਮ ਆਉਂਦੀ ਹੈਗੀ ਆਪਣੀ ਵੀ ਵਿੱਚੋਂ ਆਪਣੀ ਸਲਵਾਰ ਜਿਵੇਂ ਪਲਾਜ਼ੋ ਦੀ ਨਹੀਂ ਚੱਕੀ ਜਾਂਦੀ ਹੁੰਦੀ ਸੀਨ ਵਿਚਲੀ ਹੈ ਨਾ, ਉਹਨੂੰ ਸੀਨ ਚੱਕੀ ਜਾਂਦੀ ਆ, ਉਹਦਾ ਆਪਾਂ ਤੁਹਾਨੂੰ ਪ੍ਰੋਪਰ ਹੱਲ ਦੱਸਿਆ ਵੀ ਉਹ ਕਿਉਂ ਚੱਕੀ ਜਾਂਦੀ ਸੀ, ਅਤੇ ਜੇ ਆਪਾਂ ਮੇਰੇ ਤਰੀਕੇ ਨਾਲ ਬਣਾਵਾਂਗੇ ਤਾਂ ਉਹ ਚੱਕੀ ਨਹੀਂ ਜਾਊਗੀ, ਕਿਉਂ ਨਹੀਂ ਚੱਕੀ ਜਾਊਗੀ ਉਹਦਾ ਵੀ ਮੈਂ ਤੁਹਾਨੂੰ ਇਹਦੇ ਇਸ ਵੀਡੀਓ ਦੇ ਵਿੱਚ ਹੱਲ ਦੱਸਿਆ ਹੈਗਾ। ਤੁਸੀਂ ਵੀਡੀਓ ਦੇਖੋ ਦੇਖੋ, ਅਤੇ ਜੇ ਮੇਰੇ ਤੋਂ ਕੋਈ ਗੜਬੜ ਹੁੰਦੀ ਆ ਤਾਂ ਉਹ ਵੀ ਮੈਨੂੰ ਮੈਸੇਜ ਦੇ ਵਿੱਚ ਜ਼ਰੂਰ ਦੱਸਿਆ ਕਰੋ। ਬਾਕੀ ਧੰਨਵਾਦ ਸਾਰੀਆਂ ਭੈਣਾਂ ਦਾ ਹੈ ਨਾ, ਜਿਹੜੀਆਂ ਮੇਰੀ ਵੀਡੀਓ ਦੇਖਦੀਆਂ ਨੇ, ਦੇਖ ਕੇ ਮੈਨੂੰ ਸਵਾਲ ਜਵਾਬ ਕਰਦੀਆਂ ਨੇ, ਮੇਰਾ ਵੀ ਹੌਸਲਾ ਵੱਧਦਾ, ਕਮੈਂਟ ਕਰਦੀਆਂ ਨੇ। ਥੈਂਕ ਯੂ ਭੈਣੋ, ਸਾਰੀਆਂ ਸਾਰੀਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਬਾਕੀ ਆਪਣੇ ਉਹ ਸ਼ੂਟ ਪਹੁੰਚ ਚੁੱਕਿਆ ਜੀ, ਉਹਦੀ ਮੈਂ ਅੱਜ ਵੀਡੀਓ ਬਣਾ ਕੇ ਤੁਹਾਨੂੰ ਪਾ ਦੇਣੀ ਆ। ਅਤੇ ਹੁਣ ਜੋ ਮੈਂ ਸ਼ੂਟ ਦੇਣ ਜਾ ਰਹੀ ਹਾਂ ਉਹ ਮੈਂ ਪੇਂਟ ਕਰ ਰਹੀ ਹਾਂ ਖੁਦ ਆਪਣੇ ਹੱਥ ਨਾਲ, ਪੂਰੇ ਪਿਆਰ ਨਾਲ ਸ਼ੂਟ ਤੁਹਾਨੂੰ ਭੇਜੂੰਗੀ। ਹਾਂ, ਸਾਰੀਆਂ ਭੈਣਾਂ ਸ਼ੇਅਰ ਕਰਿਆ ਕਰੋ, ਵੀਡੀਓ ਨੂੰ ਦੇਖਿਆ ਕਰੋ ਹੈ ਨਾ, ਅੱਗੇ ਅੱਗੇ ਭੇਜਿਆ ਕਰੋ ਜੇ ਤੁਹਾਨੂੰ ਮੇਰੇ ਕੋਲੋਂ ਕੁਛ ਸਿੱਖਣ ਨੂੰ ਮਿਲਦਾ ਤਾਂ। ਬਾਕੀ ਧੰਨਵਾਦ। ਦੇਖੋ ਆਪਾਂ ਸਲਵਾਰ ਦੀ ਕਟਿੰਗ ਕਰਨ ਲੱਗੇ ਹਾਂ, ਕੱਪੜਾ ਮਿਲ ਲੈਣਾ ਆਪਣੇ ਕੋਲ ਕਿੰਨਾ ਗਾ, ਮੇਰੇ ਕੋਲ ਕੱਪੜਾ ਹੈਗਾ 2.5 ਮੀਟਰ, ਬਟ ਮੈਨੂੰ ਕੱਪੜਾ ਚਾਹੀਦਾ 2.25 ਮੀਟਰ। ਆਪਾਂ ਸਲਵਾਰ ਦੀ ਪ੍ਰੋਪਰ ਲੈਂਥ ਦੇਖ ਲੈਣੀ ਕਿੰਨੀ ਚਾਹੀਦੀ ਹੈ, ਮੈਨੂੰ ਚਾਹੀਦੀ ਹੈ 36 ਇੰਚ। ਅਫਗਾਨੀ ਸਲਵਾਰ ਦੀ ਲੈਂਥ ਆਪਾਂ ਜਿੰਨੀ ਆਪਾਂ ਨੂੰ ਚਾਹੀਦੀ ਹੁੰਦੀ ਹੈ ਨਾ, ਉਹ ਤੋਂ 2 ਇੰਚ ਵਧਾ ਕੇ ਰੱਖ ਲੈਂਦੇ ਹਾਂ ਆਪਾਂ, 1 ਹੀ ਰੱਖਾਂਗੇ 37, ਕਿਉਂਕਿ ਉਹਨਾਂ ਨੇ ਥੋੜ੍ਹਾ ਜਿਹਾ ਨੀਵੀਂ ਦਾ ਹੀ ਨਾਪ ਦਿੱਤਾ ਸੀ ਮੈਨੂੰ। ਕੱਪੜੇ ਨੂੰ ਚੰਗੀ ਤਰ੍ਹਾਂ ਆਪਾਂ ਵਿਛਾ ਕੇ ਰੱਖ ਲਿਆ, ਹੁਣ ਆਪਾਂ ਕੀ ਕਰਨਾ, ਕਈ ਮੈਂ ਦੇਖੇ ਸੀਗੇ ਇੱਥੋਂ ਕੀ ਕਰਦੇ ਆ, ਜਿਵੇਂ ਆਪਾਂ ਸਟੇਟ ਸਲਵਾਰ ਦੀ ਕਟਿੰਗ ਕਰਦੇ ਹਾਂ ਉਹ ਵੀ ਇੱਥੋਂ ਆਸਣ ਰੱਖ ਕੇ ਅਤੇ ਇੱਧਰੋਂ ਸਲਵਾਰ ਦਾ ਨਿਸ਼ਾਨ ਲਾ ਦਿੰਦੇ, ਨਹੀਂ ਐਵੇਂ ਨਹੀਂ ਰੱਖਣਾ, ਐਵੇਂ ਆਪਾਂ ਉਹਦੀ ਰੱਖ ਸਕਦੇ ਹਾਂ ਜਿਹਦੇ ਉੱਪਰ ਆਪਾਂ ਬੈਲਟ ਪਾਉਣੇ, ਬਟ ਇਹਦੇ ਉੱਪਰ ਆਪਾਂ ਬੈਲਟ ਨਹੀਂ ਪਾਵਾਂਗੇ, ਠੀਕ ਹੈ। ਇਹ ਆਪਾਂ ਕਿਵੇਂ ਕਰਾਂਗੇ, ਉਹੀ ਸੇਮ ਪ੍ਰੋਸੈਸ ਆਪਾਂ ਜਿਵੇਂ ਆਪਾਂ ਦੂਸਰੀਆਂ ਸਲਵਾਰਾਂ ਦੇ ਵਿੱਚ ਆਪਾਂ ਕਟਿੰਗ ਕੀਤੀ ਸੀਗੀ ਵੀ ਹਿੱਪ ਦੇ ਹਿਸਾਬ ਨਾਲ ਰੱਖਣੀ ਹੈ, ਇਹਨਾਂ ਦੀ ਹਿੱਪ ਹੈਗੀ ਆ 21 ਇੰਚ, ਆਪਾਂ ਰੱਖਾਂਗੇ 21 ਇੰਚ ਦਾ ਇੱਕ ਵਾਰ ਨਿਸ਼ਾਨ ਲਾ ਕੇ, ਉਸ ਤੋਂ ਬਾਅਦ ਰੱਖਾਂਗੇ ਆਪਾਂ 17 ਇੰਚ, ਜਾਣੀ ਕਿ ਆਪਾਂ 6 ਇੰਚ ਵੱਧ ਰੱਖਾਂਗੇ, 21 ਇੰਚ ਇਹਨਾਂ ਦੀ ਹਿੱਪ ਸੀ, ਉਸ ਤੋਂ ਬਾਅਦ ਮੈਂ 6 ਇੰਚ ਦੀ ਲੂਜ਼ਿੰਗ ਦਿੱਤੀ ਆ। ਇਹ ਆਪਣੇ ਕੋਲ 4 ਪੀਸ ਆ ਗਏ, ਠੀਕ ਹੈ, 6 ਅਤੇ 6 12 12 ਇੰਚ ਦੀ ਲੂਜ਼ਿੰਗ ਆ ਗਈ ਆਪਣੇ ਕੋਲ, ਅਤੇ ਉਸ ਤੋਂ ਬਾਅਦ 2 ਇੰਚ ਆਪਾਂ ਲਾਸਟਿਕ ਦਾ ਰੱਖਾਂਗੇ, ਲਾਸਟਿਕ ਜਿੰਨੀ ਤੁਸੀਂ ਪਾਉਣੀ ਆ ਉਨੀ ਪਾ ਸਕਦੇ ਹੋ, ਬਟ ਮੇਰੇ ਕੋਲ 1.5 ਇੰਚ ਹੈ ਤਾਂ ਕਰਕੇ ਮੈਂ 2 ਰੱਖੂੰਗੀ। ਉਸ ਤੋਂ ਬਾਅਦ ਆਪਣਾ ਆ ਗਿਆ ਆਸਣ, ਆਸਣ ਤੁਸੀਂ 12.5-13 ਜਿੰਨਾ ਵੀ ਰੱਖ ਸਕਦੇ ਹੋ, ਜਿਵੇਂ ਕਿ ਮੈਂ ਰੱਖੂੰਗੀ 12.5। ਫਿਰ ਉਸ ਤੋਂ ਬਾਅਦ ਆ 2 ਇੰਚ ਦਾ ਨਿਸ਼ਾਨ ਜਿਹੜਾ ਲੱਗ ਗਿਆ ਉਹ ਤੋਂ ਨੀਚੇ ਆਪਾਂ ਨਿਸ਼ਾਨ ਲਾਉਣਾ ਗਾ, ਮੇਰਾ ਆ ਰਿਹਾ ਗਾ 34 ਇੰਚ, ਆਪਾਂ ਨੂੰ ਚਾਹੀਦੀ ਆ ਸਲਵਾਰ 36 ਇੰਚ, ਅਤੇ ਕੁਛ ਆਪਣੀ ਜਿਹੜੀ ਆਪਾਂ ਨੀਚੇ ਪਹੁੰਚਾ ਲਾਵਾਂਗੇ ਹੈ ਨਾ ਉਹ ਆਜੂਗਾ। ਅਤੇ ਇੱਥੋਂ ਹੁਣ ਰਹਿ ਗਈ ਪਹੁੰਚੇ ਦਾ ਸਵਾਲ ਆਪਣਾ, ਜੇ ਤਾਂ ਤੁਸੀਂ ਖਿੱਚ ਕੇ ਵਾਲ ਪਾਉਣੇ ਹੋ ਧਾਗਾ ਖਿੱਚ ਕੇ, ਫਿਰ ਤੁਸੀਂ ਉਸ ਹਿਸਾਬ ਨਾਲ ਰੱਖ ਲਓ ਕੱਪੜਾ ਵੀ ਕਿੰਨਾ, ਇਹਨਾਂ ਦੀ ਮੂਰੀ ਹੈਗੀ ਆ ਜੀ ਟੋਟਲ 7 ਇੰਚ, ਠੀਕ ਹੈ।
ਜਿੱਦਾਂ ਤੁਸੀਂ ਧਾਗਾ ਖਿੱਚ ਕੇ ਵਲ ਪਾਉਣੇ ਫਿਰ ਤਾਂ ਤੁਸੀਂ 12 ਇੰਚ ਰੱਖ ਲਓ, ਮਤਲਬ ਕਿ 6 ਇੰਚ ਐਕਸਟਰਾ ਆਪਾਂ ਰੱਖ ਸਕਦੇ ਹਾਂ। ਜੇ ਆਪਾਂ ਵਲ ਦੂਸਰੇ ਨੋਟ ਪਾਉਣੇ ਆ, ਜਿਵੇਂ ਆਪਾਂ ਸਲਵਾਰ ਦੀਆਂ ਪਲੇਟਾਂ ਪਾਉਣੇ ਹੈ ਨਾ, ਉਵੇਂ ਪਾਉਣੇ ਤੁਸੀਂ 10 ਇੰਚ ਰੱਖ ਸਕਦੇ ਹੋ ਜਾਂ 7 ਰੱਖ ਸਕਦੇ ਹੋ, ਜਿੰਨਾ ਮਤਲਬ ਕਿ ਕਸਟਮਰ ਕਹਿੰਦਾ ਵੀ ਸਾਨੂੰ ਥੋੜ੍ਹਾ ਜਿਹਾ ਨੀਚੇ ਤੋਂ ਮਤਲਬ ਕਿ ਪਹੁੰਚ ਹੈਵੀ ਚਾਹੀਦਾ, ਤੁਸੀਂ ਥੋੜ੍ਹਾ ਜ਼ਿਆਦਾ ਰੱਖ ਲਓ। ਜੇ ਉਹਨਾਂ ਨੂੰ ਚਾਹੀਦਾ ਘੱਟ ਚਾਹੀਦਾ ਤਾਂ ਆਪਾਂ ਘੱਟ ਵੀ ਰੱਖ ਸਕਦੇ ਹਾਂ। ਮੈਂ ਰੱਖੂੰਗੀ 8 ਇੰਚ, ਟੋਟਲ 16 ਇੰਚ। ਠੀਕ, ਹੁਣ ਇੱਕ ਸਵਾਲ ਇਹਦੇ ਵਿੱਚ ਹੋਰ ਸੀਗਾ, ਮੈਨੂੰ ਭੈਣ ਨੇ ਕਿਸੇ ਨੇ ਮੈਸੇਜ ਕੀਤਾ ਸੀ ਕਹਿੰਦੇ ਇੱਥੋਂ ਇੱਦਾਂ ਕਰਕੇ ਵੀ ਆਪਾਂ ਕਾਟ ਪਾ ਸਕਦੇ ਹਾਂ। ਹਾਂ ਪਾ ਸਕਦੇ ਹਾਂ, ਬਟ ਮੈਂ ਕਈ ਸਲਵਾਰਾਂ ਮਤਲਬ ਕਿ ਪਾਈਆਂ ਨੇ ਜਾਂ ਕਿਸੇ ਦੇ ਪਾਈਆਂ ਦੇਖੀਆਂ ਜਿਨ੍ਹਾਂ ਦੇ ਵਿੱਚ ਇੱਦਾਂ ਦੀ ਕਾਟ ਪਾਈ ਹੋਈ ਸੀਗੀ, ਹੈ ਨਾ, ਉਹ ਨਾ ਸਲਵਾਰ ਆਹ ਵਾਲੀ ਚੀਜ਼ ਦੀ ਸਿਲਾਈਆਂ ਖਿੱਚਵੀਂ ਖਿੱਚਵੀਂ ਰਹਿੰਦੀ ਆ ਜੇ ਆਪਾਂ ਆਹ ਕਾਟ ਪਾਉਂਦੇ ਹਾਂ ਪਲਾਜ਼ੋ ਦੀ ਤਰ੍ਹਾਂ। ਅਤੇ ਜੇ ਆਪਾਂ ਪਲਾਜ਼ੋ ਦੀ ਤਰ੍ਹਾਂ ਨਹੀਂ ਪਾਉਂਦੇ, ਆਪਾਂ ਨੋਰਮਲੀ ਸਲਵਾਰ ਦੀ ਤਰ੍ਹਾਂ ਕਟਿੰਗ ਕਰਦੇ ਹਾਂ ਐਸ ਲੋਟ ਐਂ ਕਰਕੇ, ਤਾਂ ਉਹਦੇ ਵਿੱਚ ਇਹ ਪ੍ਰੋਬਲਮ ਨਹੀਂ ਆਉਂਦੀ। ਮੈਂ ਤਾਂ ਇਹੀ ਪ੍ਰੋਬਲਮ ਦੇਖੀ ਆ, ਬਟ ਫਿਰ ਮੈਨੂੰ ਹੋਰ ਹੈ ਨਾ ਪਤਾ ਨਹੀਂ ਹੈਗਾ। ਮੈਂ ਸਿਰਫ ਸਲਵਾਰ ਇੱਦਾਂ ਹੀ ਕਟਿੰਗ ਕਰਦੀ ਹਾਂ। ਇੱਕ ਵਾਰ ਮੈਂ ਕਰੀ ਸੀਗੀ, ਘਰ ਦੀ ਸਲਵਾਰ ਹੀ ਸੀਗੀ ਮੇਰੀ, ਮੈਂ ਕਰੀ ਸੀ ਕਟਿੰਗ, ਉਹ ਸਹੀ ਨਹੀਂ ਆਈ, ਸ਼ਾਇਦ ਮੇਰੇ ਕੋਲ ਪਿੱਕ ਪਈ ਹੋਊਗੀ, ਮੈਂ ਉਹ ਦਿਖਾਉਂਗੀ। ਹੁਣ ਆਪਾਂ ਇਹਦੀ ਕਰਾਂਗੇ, ਸਿਰ ਦੀ ਕਟਿੰਗ ਹੋ ਗਈ ਸੀਗੀ, ਇਹਦਾ ਹੁਣ ਆਪਾਂ ਆਸਣ ਜੜਾਂਗੇ। ਪਹਿਲਾਂ ਇਹਦੇ ਆਪਾਂ ਆਸਣ ਜੜਨੇ ਨੇ, ਟੋਟਲ ਕੱਪੜਾ ਹੋ ਗਿਆ ਸੀਗਾ 21 ਇੰਚ ਇਹਨਾਂ ਦੀ ਹਿੱਪ ਸੀ, ਬਾਕੀ ਆਪਾਂ ਕੁਛ 6-6.5 ਇੰਚ ਦੀ ਲੂਜ਼ਿੰਗ ਰੱਖੀ ਸੀਗੀ, ਹੈ ਨਾ, 32 ਇੰਚ ਕੱਪੜਾ। ਆਹ ਦੇਖੋ ਆਹ ਆਪਣਾ ਟੋਟਲ 32 ਇੰਚ ਕੱਪੜਾ ਹੈਗਾ, 32 ਇੰਚ ਦੇ ਵਿੱਚ ਮੈਂ ਲਾਸਟਿਕ ਪਾਊਂਗੀ 14 ਇੰਚ ਦੀ। ਇਹਦੇ ਉੱਪਰ ਆਪਾਂ ਬੈਲਟ ਬੁਲਟ ਨਹੀਂ ਲਾਉਣੀ ਹੈਗੀ, ਆਪਾਂ ਸਿੱਧੀ ਲਾਸਟਿਕ ਹੀ ਪਾਉਣੀ ਆ। ਲਾਸਟਿਕ ਤੁਸੀਂ ਪਹਿਲਾਂ ਪਾਉਣੀ ਆ ਪਹਿਲਾਂ ਪਾ ਲਓ, ਜੇ ਬਾਅਦ 'ਚ ਪਾਉਣੀ ਆ ਤਾਂ ਬਾਅਦ 'ਚ ਪਾ ਲਓ, ਠੀਕ ਹੈ। ਇਹਦੇ ਆਪਾਂ ਵਲ ਪਾਵਾਂਗੇ ਪੌਂਚੇ 'ਤੇ ਧਾਗਾ ਖਿੱਚ ਕੇ, ਆਪਾਂ ਕਰਾਂਗੇ ਆਪਾਂ ਮੋਟੀ ਸਿਲਾਈ ਕਰ ਲਾਂਗੇ ਪੂਰੇ 5 ਨੰਬਰ 'ਤੇ। ਪੰਜ ਨੰਬਰ 'ਤੇ ਕਰਕੇ ਹੁਣ ਆਪਾਂ ਇਹਦੇ ਧਾਗਾ ਖਿੱਚਾਂਗੇ, ਫਿਰ ਇਹਦੇ ਉੱਪਰ ਪਾਵਾਂਗੇ ਆਪਾਂ ਵਲ। ਜਿੰਨੀ ਆਪਾਂ ਨੂੰ ਮੂਹਰੀ ਚਾਹੀਦੀ ਹੈ ਉਨਾ ਆਪਾਂ ਇਹਨੂੰ ਖਿੱਚ ਖਿੱਚ ਕੇ ਇਹ 'ਚ ਵਲ ਪਾ ਸਕਦੇ ਹਾਂ। ਠੀਕ ਹੈ, ਅਤੇ ਹੁਣ ਆਪਾਂ ਕੀ ਕਰਨਾ, ਇਹਦੇ ਉੱਪਰ ਆਪਾਂ ਰੱਖਾਂਗੇ ਪੌਂਚਾ ਜਿਹੜਾ ਆਪਾਂ ਬਣਾ ਰੱਖਿਆ ਸੀ ਮੈਂ ਪਹਿਲਾਂ ਹੀ। ਇਹਦਾ ਆਪਾਂ ਕੀ ਕਰਨਾ, ਸਲਵਾਰ ਪੁੱਠੀ ਰੱਖਣੀ ਆ, ਪੌਂਚਾ ਇਹਦੇ ਉੱਪਰ ਆਪਾਂ ਸਿੱਧਾ ਰੱਖਾਂਗੇ, ਫਿਰ ਆਪਾਂ ਇਹਦੀ ਸਿਲਾਈ ਲਾਵਾਂਗੇ।
ਜਦੋਂ ਆਪਾਂ ਧਾਗਾ ਖਿੱਚ ਕੇ ਵਲ ਪਾਉਂਦੇ ਹਾਂ ਨਾ, ਹਮੇਸ਼ਾ ਹੀ ਜਿਹੜਾ ਆਪਣਾ ਬਣਾ ਵਾਲਾ ਕੱਪੜਾ ਹੁੰਦਾ ਉਹਨੂੰ ਨੀਚੇ ਰੱਖਿਆ ਕਰੋ, ਅਤੇ ਬਸ ਅੱਖਾਂ ਮੀਚ ਕੇ ਕੱਪੜਾ ਧਰ ਕੇ ਸਿਲਾਈ ਲਾ ਦਿਆ ਕਰੋ, ਕਿਉਂਕਿ ਜਦੋਂ ਆਪਾਂ ਇਹਨੂੰ ਉੱਪਰ ਰੱਖ ਲੈਣਾ ਫਿਰ ਆਪਣਾ ਬਲਾਂਸ ਧਿਆਨ ਜਾਂਦਾ ਵੀ ਹਾਏ ਆ ਵਿੰਗਾ ਜਾ ਰਿਹਾ ਇਹ ਸਿੱਧਾ ਜਾ ਰਿਹਾ, ਕਿਉਂਕਿ ਜਿਹੜੇ ਧਾਗਾ ਖਿੱਚ ਕੇ ਆਪਾਂ ਵਲ ਪਾਉਂਦੇ ਹਾਂ ਉਹ ਇੱਦਾਂ ਹੀ ਹੁੰਦੇ ਆ, ਬਾਅਦ 'ਚ ਜਦੋਂ ਆਪਣੀ ਸਲਵਾਰ ਬਣ ਜੂਗੀ ਉਦੋਂ ਬਾਅਦ ਦੇਖਿਆ ਤੁਸੀਂ। ਬਲਾਂ ਵੱਲ ਆਪਾਂ ਜ਼ਿਆਦਾ ਧਿਆਨ ਨਹੀਂ ਦੇਣਾ ਇਹਨਾਂ ਵੱਲ, ਕਿਉਂਕਿ ਇਹ ਧਾਗਾ ਖਿੱਚੇ ਵਾਲੇ ਇੱਦਾਂ ਹੀ ਹੁੰਦੇ ਆ। ਹੁਣ ਆਪਾਂ ਜਿਹੜੀ ਆਪਾਂ ਚਿਪਕਈ ਹੋਈ ਬੁਕਰਮ ਸੀਗੀ ਇਹਨੂੰ ਆਪਾਂ ਉੱਪਰ ਕਰ ਦਾਂਗੇ ਇੱਥੇ। ਇਹਦੇ ਵਿੱਚ ਤੁਸੀਂ ਦੇਖ ਲਓ ਜੇ ਤੁਹਾਡੇ ਕੋਲ ਕੋਈ ਲੈਸ ਵਗੈਰਾ ਹੈਗੀ ਆ, ਲੈਸ ਲਾਉਣੀ ਆ ਤਾਂ ਤੁਸੀਂ ਲੈਸ ਵੀ ਲਾ ਸਕਦੇ ਹੋ, ਅਤੇ ਇਹਦੇ ਵੈਸੇ ਇਹਨਾਂ ਨੇ ਨਾਲ ਪਾਈਪਿੰਗ ਦਿੱਤੀ ਹੋਈ ਸੀਗੀ ਤਾਂ ਆਪਾਂ ਪਾਈਪਿੰਗ ਲਾਵਾਂਗੇ ਵਾਲ ਅੰਦਰ ਨੂੰ ਕਰਕੇ। ਪੂਰੇ ਧਿਆਨ ਨਾਲ ਲਾਉਣੀ ਆਪਾਂ, ਵੈਸੇ ਪਾਈਪਿੰਗ ਸਿੰਗਲ ਪੈਰ ਨਾਲ ਵਧੀਆ ਲੱਗਦੀ ਹੈ ਬਟ ਅੱਜ ਮੇਰੇ ਕੋਲ ਇਹਦੇ ਨਾਲ ਵੀ ਵਧੀਆ ਲੱਗ ਰਹੀ ਹੈ। ਆ ਦੇਖੋ ਲੱਗ ਗਈ ਨਾ ਵਧੀਆ। ਹੁਣ ਜੇ ਆਪਣੇ ਕੋਲ ਹੋਰ ਹੈਗੀ ਤਾਂ ਆਪਾਂ ਨੀਚੇ ਵੀ ਲਾ ਸਕਦੇ ਹਾਂ, ਨਹੀਂ ਐਡੀ ਕੋਈ ਜ਼ਿਆਦਾ ਜ਼ਰੂਰਤ ਵੀ ਨਹੀਂ ਹੈਗੀ। ਹੁਣ ਆਪਾਂ ਕੀ ਕਰਨਾ, ਹੁਣ ਆਪਾਂ ਇਹਦੀ ਲੈਂਥ ਮਿਲ ਲੈਣੀ ਹੈ, ਪਹੁੰਚੇ ਆਪਣੇ ਦੋਨੇ ਤਿਆਰ ਹੋ ਚੁੱਕੇ ਆ, ਆਪਾਂ ਇਹਦੀ ਲੈਂਥ ਨਾਪ ਲਾਂਗੇ। ਆਪਾਂ ਨੂੰ 36 ਇੰਚ ਚਾਹੀਦੀ ਹੈ, ਹਾਂ ਇਹ 36 ਇੰਚ ਹੀ ਰਹਿ ਰਹੀ ਹੈ ਵਧੀਆ। ਹੁਣ ਆਪਾਂ ਇਹਦੀ ਲਾਸਟਿਕ ਪਾਵਾਂਗੇ। ਲਾਸਟਿਕ ਪਾਉਣ ਦੇ 2-3 ਤਰੀਕੇ ਹੁੰਦੇ ਆ, ਤੁਸੀਂ ਦੇਖੋ ਵੀ ਜਿਹੜਾ ਤੁਹਾਨੂੰ ਸਹੀ ਲੱਗ ਰਿਹਾ ਹੈ ਨਾ, ਤੁਸੀਂ ਉਦੋਂ ਉਸ ਹਿਸਾਬ ਨਾਲ ਪਾ ਸਕਦੇ ਹੋ। ਮੈਂ ਇੱਕ ਵਾਰ ਲਾਸਟਿਕ ਨੂੰ ਅਟੈਚ ਕਰ ਲੈਂਦੀ ਹਾਂ, ਫਿਰ ਉਸ ਤੋਂ ਬਾਅਦ ਦਿਖਾਉਣੀ ਆ ਵੀ ਕਿੱਦਾਂ ਦੀ ਬਣੀ ਆਪਣੀ ਸਲਵਾਰ। ਆ ਦੇਖੋ ਜੀ ਆਪਣੀ ਹੋ ਗਈ ਸਲਵਾਰ ਰੈਡੀ। ਐਵੇਂ ਆਪਾਂ ਇਹਦੇ ਲਾਸਟਿਕ ਪਾਈ ਹੈ, ਇਹਦੇ ਉੱਪਰ ਬੈਲਟ ਵਗੈਰਾ ਕੁਛ ਨਹੀਂ ਲਾਈ। ਆ ਦੇਖੋ ਕਰੀਜ਼ ਵੀ ਇਹਦੀ ਜਮ੍ਹਾਂ ਸਹੀ ਆਊਗੀ, ਕੋਈ ਵੀ ਪ੍ਰੋਬਲਮ ਨਹੀਂ ਆਊਗੀ ਇਹਦੇ ਵਿੱਚ। ਇਹਦੇ ਵਿੱਚ ਜੇ ਤੁਸੀਂ ਸਕਰੋਲਾਂ ਭਰਨੀਆਂ ਚਾਹੋ ਤਾਂ ਭਰ ਸਕਦੇ ਹੋ, ਬਟ ਪਲੇਨ ਹੀ ਇਹ ਜ਼ਿਆਦਾ ਵਧੀਆ ਲੱਗਦਾ ਹੈ।